बिस्मिल्लाहिर्रहमानिर्रहीम अस्सलाम अलैकुम नाज़रीन तुहाड़ा अपना मेज़बान तनवीर खान कावश तुहाड़ी खिदमत च हाज़र आ। असीं अज आए हां जी अपने पनवा पिंड डल्लेपुरे दे लागे, उत्थे वहीं क्रॉस करके असीं आए हां कमर भाई दे अपने रकबे च। उन्हां दा कमाद लगा था, मैं कमाद पीड़ दिया गुड़ बना दिया तुहानूं दस्सना ज़रा, नाले मैं थोड़ा जिहा असीं भी खा पी के आईए। इत्थे आए हां अपने जी, असीं कमाद है माशाल्लाह तुसीं देखदे पियो, इह कमाद आ पूरा खेत जिहड़ा ना, पूरी पैली जिहड़ी आ इह कमाद दी लगी हुई आ। गन्ने सामने इह रोह कढ के ਇਹ ਦੇਖੋ ਚੂਰਾ ਲੱਗਾ ਤਾ, ਸਾਰੇ ਗਾਨੇ ਜਿਹੜੇ ਉਹਨਾਂ ਨੇ ਪੀੜੇ ਨੇ ਰੋਹ ਕੱਢੀ ਦੀ ਆ, ਉਹ ਵੀ ਤੁਹਾਨੂੰ ਦੱਸਦੇ ਹਾਂ। ਜਿਹੜਾ ਆਪਣੇ ਉਹ ਕਰਦੇ ਪਏ ਨੇ ਗੁੜ ਛੁੜ ਬਣਾ ਰਹੇ ਨੇ, ਉਹ ਵੀ ਦਿਖਾਉਂਦੇ ਹਾਂ ਤੁਹਾਨੂੰ ਕਿ ਕਮਰ ਭਾਈ ਆਏ ਦੇ ਨੇ, ਉਹ ਵੀ ਨਾਲ ਲੱਗੇ ਦੇ ਨੇ, ਨਾਲ ਆਪਣੇ ਦੂਸਰੇ ਨੇ ਭਾਈ ਸਾਡੇ। ਇਹ ਦੇਖੋ ਜੀ ਆਪਣੇ ਇਹ ਵੇਲਣਾ ਇਸ ਟਾਈਮ ਬੰਦ ਹੈ, ਕਿਉਂਕਿ ਉਹਨਾਂ ਰੋਹ ਵਗੈਰਾ ਸਾਰੀ ਜਿਹੜੀ ਨਾ ਰੋਹ ਕੱਢ ਲਈ ਆ। ਅਤੇ ਆਹ ਭਾਅ ਸਾਡਾ ਬੋਲਾ, ਇਹ ਰੋਹ ਹੁਣ ਪੀਪਿਆਂ ਨਾਲ ਚੁੱਕ ਚੁੱਕ ਕੇ ਨਾ ਅਤੇ ਲੈ ਕੇ ਜਾ ਰਿਹਾ ਜੀ ਇੱਥੇ। ਇਹ ਦੇਖੋ ਉਹ ਕੜਾਹ 'ਚ ਰੋਹ, ਪਹਿਲੀ ਜਿਹੜੀ ਰੋਹ ਸੀ ਨਾ ਇੱਥੇ ਜਿਹੜੀ ਗਰਮ ਹੋ ਗਈ ਸੀ, ਜਿਹੜੀ ਪਹਿਲੇ ਗਰਮ ਹੋਈ ਸੀ, ਮਸਲ ਸਫਾਈ ਸਫੂਈ ਇੱਥੇ ਕਰ ਲੈਂਦੇ ਨੇ ਰੋਹ ਦੀ, ਉਹ ਕਰਕੇ ਅਤੇ ਉਹਦੇ 'ਚੋਂ ਜਿਹੜਾ ਇੱਕ ਧੂੜ ਜਿਹੜਾ ਨਾ ਪਹਿਲੇ ਕੱਢ ਲਿਆ, ਉਹ ਕਮਰ ਭਾਈ ਜਿਹੜੇ ਨੇ ਆਪਣੇ, ਇਹ ਤੁਸੀਂ ਦੇਖਦੇ ਪਿਓ ਕਮਰ ਭਾਈ ਰੰਬੀ ਮਾਰਦੇ ਪਏ ਨੇ। ਕਮਰ ਭਾਈ ਇਹ ਰੰਬੀ ਕਿਉਂ ਮਾਰਦੇ ਹੋ? ਲਾਉਣਾ ਪੈਂਦਾ? ਅੱਛਾ ਅੱਛਾ, ਇਸ ਨਾਲ ਹਿਲਾਉਣਾ ਪੈਂਦਾ ਕਹਿੰਦੇ ਨੇ, ਫਿਰ ਇਸ ਨਾਲ ਗੁੜ ਨਹੀਂ ਬਣਦਾ, ਨਾਲੇ ਵਿੱਚ ਸੋਡਾ ਸੁਡਾ ਵੀ ਪਾਉਣਾ ਪੈਂਦਾ, ਸੋਡਾ ਵੀ ਪਾਉਣਾ ਪੈਂਦਾ। ਅਤੇ ਇਹ ਦੇਖ ਲਓ ਜੀ ਇੱਧਰ ਬਾਈ ਹੁਣੀ ਪਿੰਨੀਆਂ ਬਣਾਉਣ ਦੇ ਨੇ ਗੁੜ ਦੀਆਂ, ਇਹ ਦੇਖੋ ਗੁੜ ਦੀਆਂ ਪਿੰਨੀਆਂ ਬਣਾਉਣ ਦੇ ਨੇ। ਇਹ ਪਹਿਲਾ ਧੂੜਾ ਜੀ, ਮਾਸ਼ਾਅੱਲਾ ਬੜਾ ਜ਼ਬਰਦਸਤ ਹੈ, ਮਾਸ਼ਾਅੱਲਾ ਜੀ ਤਾਜ਼ਾ ਗੁੜ ਖਾਣਾ ਜੇ, ਦੱਸੋ ਵਟਸਐਪ 'ਤੇ ਭੇਜ ਦਿੰਦੇ ਹਾਂ ਤੁਹਾਨੂੰ, ਮਜ਼ਾ। ਜ਼ਿਆਦਾ ਸੋਡਾ ਸੁਡਾ ਤਾਂ ਨਹੀਂ ਨਾ ਇਹਦੇ 'ਚ ਜੀ? ਅੱਛਾ ਜੀ, ਦੇਸੀ ਬੜਾ ਜ਼ਬਰਦਸਤ ਯਾਰ, ਬੜਾ ਮਜ਼ਾ ਆਇਆ ਜੀ ਤਾਜ਼ਾ ਗੁੜ ਖਾਣ ਦਾ, ਆਪਣਾ ਹੀ ਮਜ਼ਾ। ਬਾਕੀ ਤੁਹਾਨੂੰ ਵਟਸਐਪ 'ਤੇ ਜਿਹਨਾਂ ਜਿਹਨਾਂ ਨੂੰ ਜ਼ਰੂਰਤ ਹੈ ਦੱਸਿਓ, ਤਸਵੀਰਾਂ ਖਿੱਚ ਲਈਆਂ ਨੇ ਮੈਂ ਤੁਹਾਨੂੰ ਵਟਸਐਪ ਭੇਜ ਦਾਂਗੇ, ਕਿਉਂਕਿ ਜਿਹੜੀ ਦੂਰ ਭਾਈ ਮੈਂ ਦੇ ਤਾਂ ਨਹੀਂ ਸਕਦਾ ਨਾ। ਬਾਕੀ ਹੈ ਕਿ ਇਹ ਦੇਖੋ ਮਾਸ਼ਾਅੱਲਾ ਤੁਹਾਨੂੰ ਉਹ ਗੁੜ ਦੀਆਂ ਜਿਹੜੀਆਂ ਪਿੰਨੀਆਂ ਬਣਾਈ ਦੀਆਂ ਉਹ ਵੀ ਦਿਖਾਉਂਦੇ ਹਾਂ। ਇਹ ਦੇਖੋ ਇਹ ਗੁੜ ਦੀਆਂ ਪਿੰਨੀਆਂ ਜਿਹੜੀਆਂ ਬਣਾ ਕੇ ਤਾਜ਼ੀਆਂ ਰੱਖੀ ਦੀਆਂ ਨੇ, ਮਾਸ਼ਾਅੱਲਾ ਬੜਾ ਚਿੱਟਾ ਗੁੜ ਆ ਯਾਰ। ਅਮੂਮਨ ਦੁਕਾਨਾਂ 'ਤੇ ਵੇਖੀਦਾ ਕਈ ਦੇ ਗੁੜ ਬੜੇ ਕਾਲੇ ਕਾਲੇ ਹੁੰਦੇ ਨੇ, ਲੇਕਿਨ ਇਹ ਬੜਾ ਸਾਫ਼ ਸੁਥਰਾ ਅਤੇ ਬੜਾ ਸਹੀ ਹੈ ਯਾਰ, ਬੜਾ ਜ਼ਬਰਦਸਤ ਪਿੰਨੀਆਂ ਬਣਾ ਬਣਾ ਕੇ ਨਾ ਰੱਖੀ ਜਾਣ ਦੇ ਨੇ। ਇਹ ਭਾਅ ਬੋਲਾ ਸਾਡਾ ਜੀ, ਇਹ ਲੱਗਾ ਤਾ ਜੀ ਆਪਣੇ, ਇਹਨੂੰ ਕੀ ਕਹਿੰਦੇ ਨੇ ਭਾਅ ਜਿਹੜੀ ਅੱਗ ਲਾਉਂਦੇ ਪਿਓ ਤੁਸੀਂ, ਇਹਨੂੰ ਕੀ ਕਹਿੰਦੇ ਹੋ ਭਲਾ ਜਿਹੜੀ ਅੱਗ ਲਾਉਂਦੇ ਪਿਓ? ਝੋਕ ਝੋਕ ਕਹਿੰਦੇ ਨੇ, ਝੋਕ ਦੇਣ ਦਿਓ, ਝੋਕ ਦੇਣ ਦੇ ਨੇ ਕਹਿੰਦੇ, ਜ਼ਬਰਦਸਤ। ਅਸਲ 'ਚ ਨਾ ਭਾਅ ਸਾਡਾ ਬੋਲਾ ਆ, ਇਹਨੂੰ ਸੁਣਾਉਂਦਾ ਜ਼ਰਾ ਉੱਚਾ ਆ, ਬਾਕੀ ਮੇਰਾ ਵਾਕਫ ਆ, ਕਿਉਂਕਿ ਮੇਰੀ ਦੁਕਾਨ 'ਤੇ ਆਉਂਦਾ ਰਿਹਾ ਗਾਣੇ ਛਾਣੇ ਭਰਾਉਣ ਵਾਸਤੇ ਨਾ, ਬੜੇ ਟਰੈਕਟਰ ਚਲਾਉਂਦਾ ਨਾ, ਅਤੇ ਮੈਨੂੰ ਲੱਭ ਗਿਆ ਇੱਥੇ। ਮੈਂ ਚਲੋ ਸ਼ੁਕਰ ਆ ਸਾਡਾ ਵੀ ਕੋਈ ਵਾਕਫ ਬੰਦਾ ਹੈ। ਆਹ ਦੇਖੋ ਜੀ ਹੁਣ ਉਹ ਜਿਹੜੀ ਹੈ ਨਾ ਆਪਣੇ ਧੂੜ ਦੇ ਉੱਤੇ ਜਿਹੜੀ ਉਹ ਮੈਲ ਵਗੈਰਾ ਜਿਹੜੀ ਆਉਂਦੀ ਹੈ ਨਾ ਪੌਣੀ, ਆਹ ਦੇਖੋ ਆਹ ਪੌਣੀ ਮਾਰ ਕੇ ਉਹ ਮੈਲ ਵਗੈਰਾ ਜਿਹੜੀ ਨਾ ਉਤਾਰ ਲੈਣਗੇ। ਇਹ ਜਿਹਾ ਜ਼ਬਰਦਸਤ ਆ ਦੇਖੋ ਜੀ, ਕੈਸਾ ਜ਼ਬਰਦਸਤ ਯਾਰ, ਬੜਾ ਹੀ ਜ਼ਬਰਦਸਤ ਆ। ਬੜੇ ਦੋਸਤਾਂ ਨੇ ਵੀਡੀਓ ਬਣਾਈਆਂ ਨੇ ਆਪਣੇ ਆਪਣੇ ਅੰਦਾਜ਼ 'ਚ, ਆਪਣੇ ਹਰ ਬੰਦੇ ਦਾ, ਸਾਡਾ ਵੀ ਆਪਣਾ ਅੰਦਾਜ਼ ਹੈ ਇੱਕ, ਲੇਕਿਨ ਇਹ ਕਿ ਮੈਂ ਆਇਆ ਤਾਂ ਵੇਲਣਾ ਬੰਦ ਹੋ ਚੁੱਕਿਆ ਸੀ। ਬਾਕੀ ਹੈ ਕਿ ਦੂਸਰਾ ਜਿਹੜਾ ਨਾ ਪਹਿਲਾ ਧੂੜ ਜਿਹੜਾ ਉਹਨਾਂ ਨੇ ਉੱਧਰ ਪੱਕਾ ਦਾ ਰੋਹ ਦਾ ਸਾਫ਼ ਸੁਥਰਾ ਹੋਇਆ ਸੀ, ਉਹ ਸਾਡੇ ਆਉਂਦਿਆਂ ਹੀ ਇਸ ਸਾਈਡ 'ਤੇ ਉਹਨਾਂ ਨੇ ਕੜਾਹ 'ਚ ਪਾ ਲਿਆ ਪੁਆਇੰਟ ਇਹ ਰੋਹ, ਅਤੇ ਦੂਸਰਾ ਜਿਹੜਾ ਸੀ ਨਾ ਗੁੜ ਜਿਹੜਾ ਤਿਆਰ ਹੋ ਗਿਆ ਸੀ ਉਹ ਆਪਣੇ ਇੱਧਰ ਇਸ ਟੱਪ 'ਚ ਆ ਗਿਆ, ਜਿੱਥੇ ਆ ਕੇ ਅਤੇ ਉਹਨੂੰ ਉਹ ਸਾਰਾ ਪ੍ਰੋਸੀਜਰ ਕਰਦੇ ਨੇ, ਗੁੜ ਛੁੜ ਬਣਾਉਣਾ ਜਾਂ ਸ਼ੱਕਰ ਜੋ ਵੀ ਬਣਾਉਣੀ ਹੈ। ਇਹਦਾ ਵੀ ਗੁੜ ਹੀ ਬਣਾਉਣਾ ਜਾਂ ਸ਼ੱਕਰ ਬਣਾਉਣੀ ਹੈ? ਗੁੜ ਬਣਾਉਣਾ, ਇਹਦਾ ਵੀ ਕਹਿੰਦੇ ਨੇ ਜੀ। ਬਾਈ ਕਮਰ ਇਹ ਤੁਸੀਂ ਕੀ ਕਰਦੇ ਪਏ ਹੋ ਜ਼ਰਾ ਦੱਸੋ ਸਾਡੇ ਨਾਜ਼ਰੀਨ ਨੂੰ ਜ਼ਰਾ। ਸਰ ਅਸੀਂ ਇੱਥੋਂ ਮੈਲ ਜਿਹੜੇ ਨਾ ਮਸਲਣ ਹੈ ਕਿ ਜਿਹੜਾ ਕੱਖ ਕੁੱਖ ਹੋ ਜਿਹੜਾ ਨਾ ਮੈਲ ਸ਼ੈਲ ਆਉਂਦੀ ਆ ਉੱਤੋਂ ਉਤਾਰਨੀ ਹੁੰਦੀ ਹੈ। ਅੱਛਾ ਅੱਛਾ, ਹਾਂਜੀ। ਅੱਛਾ ਪਹਿਲੇ ਰੋਹ ਇਹਦੇ 'ਚ ਪਾਉਂਦੇ ਹੋ ਐਸੇ? ਹਾਂਜੀ, ਪਹਿਲੇ ਇੱਧਰ ਪਾਈਦਾ, ਫਿਰ ਬਾਅਦ 'ਚ ਇੱਧਰੋਂ ਉੱਧਰ ਜਾਂਦੀ ਹੈ। ਅੱਛਾ, ਫਿਰ ਉੱਧਰ ਜਾਂਦੀ ਆ। ਹਾਂਜੀ। ਕਿੰਨੀ ਕੁ ਦੇਰ 'ਚ ਇੱਕ ਧੂੜ ਜਿਹੜਾ ਤਿਆਰ ਹੋ ਜਾਂਦਾ? ਇੱਕ ਘੰਟੇ ਬਾਅਦ। ਇੱਕ ਘੰਟੇ ਬਾਅਦ? ਹਾਂਜੀ। ਅੱਛਾ ਕੋਈ ਭਾਈ ਕਮਰੇ ਸਾਡੇ ਨਾਲ ਨੂੰ ਦੱਸੋ ਕਿ ਇੱਕ ਜਿਹੜਾ ਐਮਸਨ ਜਿਸ ਆਇਆ ਕੜਾਹ ਆ ਸਾਡਾ, ਇਹ ਦੱਸੋ ਜਿਹੜਾ ਗੁੜ ਦਾ। ਹਾਂਜੀ ਹਾਂਜੀ। ਇੱਕ ਕੜਾਹ ਕਿੰਨੇ ਰੋਹ ਦੇ ਪੀਪੇ ਹੋਣ 'ਤੇ ਤਿਆਰ ਹੋ ਜਾਂਦਾ? ਚਾਰ ਪੀਪੇ। ਚਾਰ ਪੀਪਿਆਂ 'ਚ ਇੱਕ, ਅਤੇ ਕਿੰਨੇ ਕੁ ਕਿਲੋ ਗੁੜ ਨਿਕਲਦਾ? ਗੁੜ ਤਕਰੀਬਨ 13-14 ਕਿਲੋ ਨਿਕਲਦਾ। 13-14 ਕਿਲੋ ਜਿਹੜੇ ਬਜ਼ੁਰਗ ਲੱਗੇ ਦੇ ਨੇ ਜੀ ਆਪਣੇ ਕਰਨ ਨੇ ਰੰਬੀ ਨਾਲ, ਇਸ ਖਾਨੇ 'ਚ ਜਿਹੜਾ ਗੁੜ ਹੈ ਇਹ 14-15 ਕਿਲੋ ਕਹਿੰਦੇ ਨੇ, ਚਾਰ ਪੀਪੇ ਰੋਹ ਦੇ ਹੋਣ ਨਾਲ ਅਤੇ 14-15 ਕਿਲੋ ਜਿਹੜਾ ਗੁੜ ਨਿਕਲ ਆਉਂਦਾ।
ਇਹ ਬਜ਼ੁਰਗੋ ਇਹਨੂੰ ਤੁਸੀਂ ਹੁਣ ਹਲਾਓਗੇ ਬਾਰ ਬਾਰ ਜਾਂ ਥੋੜ੍ਹਾ ਜਿਹਾ ਠੰਡਾ ਹੋਣ ਦੋਗੇ? ਨਹੀਂ ਠੰਡਾ ਹੁੰਦਾ ਹੈ ਉਹ 10-15 ਮਿੰਟ। ਅੱਛਾ 15-20 ਮਿੰਟ ਬਜ਼ੁਰਗ ਕਹਿੰਦੇ ਨੇ ਠੰਡਾ ਹੋਣ ਦਿਆਂਗੇ। ਆਹ ਦੇਖ ਰਹੇ ਹੋ ਤੁਸੀਂ ਮਾਸ਼ਾਅੱਲਾ ਪਿੰਨੀਆਂ ਬਣਾ ਰਹੇ ਗੁੜ ਦੀਆਂ, ਬੜੀ ਜ਼ਬਰਦਸਤ ਯਾਰ, ਬੜਾ ਅੱਛਾ ਲੱਗਾ ਮੈਨੂੰ। ਉਹ ਸਾਹਮਣੇ ਸਾਡਾ ਭਾਅ ਬੋਲਾ ਜਿਹੜਾ ਨਾ ਉਹ ਅੱਗ ਲਾਉਣ ਡਿਆ, ਗਰਮੀ ਹੋ ਗਈ ਹੈ ਵੈਸੇ ਹੁਣ ਬਹੁਤ ਜ਼ਿਆਦਾ। ਇਹ ਦੇਖੋ ਜੀ ਆਹ ਧੂੜ ਸਾਡਾ ਪੱਕਦਾ ਪਿਆ। ਭਾਈ ਕਮਲ ਜਿਹੜਾ ਨਾ ਆਪਣੇ ਰੋਹ 'ਚ ਜਿਹੜੇ ਨਾ ਮੈਲ ਵਗੈਰਾ ਉਤਾਰਦੇ ਪਏ ਨਾ, ਨਾਲ ਨਾਲ ਜਿੰਨੀ ਦੇਰ ਨੂੰ ਸਾਹਮਣੇ ਕੜਾਹ ਵਾਲਾ ਜਿੰਨੀ ਦੇਰ ਨੂੰ ਤਿਆਰ ਹੋਣਾ ਨਾ ਉੱਨੀ ਦੇਰ ਨੂੰ ਆਸਤਾ ਆਸਤਾ ਉਸ ਅੱਗ ਨਾਲ ਜਿਹੜਾ ਨਾ ਇਹਦਾ ਵੀ ਇਹ ਵੀ ਚੀਜ਼ ਜਿਹੜੀ ਹੈ ਨਾ ਜ਼ਰਾ ਤਿਆਰ ਹੋ ਜਾਂਦੀ ਆ, ਰੋਹ ਨਾਲ ਸਫਾਈ ਹੋ ਜਾਂਦੀ ਆ, ਇੰਨੀ ਜ਼ਿਆਦਾ ਅੱਗ ਜ਼ਾਇਆ ਨਹੀਂ ਹੁੰਦੀ। ਹਾਂ ਜੀ, ਸਾਡੇ ਕਮਰ ਭਾਈ ਦੇ ਭਾਈ ਨੇ ਤੇ ਆਪਣੇ ਨਾਲ ਲੱਗੇ ਨੇ। ਅੱਛਾ ਭਾਈ, ਆਪਣੇ ਇਹ ਗੁੜ ਦੀਆਂ ਪਿੰਨੀਆਂ ਬਣਾਉਣ ਦਿਓ? ਹਾਂਜੀ, ਪਹਿਲਾਂ ਜਿਹੜਾ ਧੂੜ ਸਾਡੇ ਦੁਕਾਨ ਤੋਂ ਪਹਿਲੇ ਨਿਕਲਿਆ ਉਹਦੀਆਂ ਬਣਾ ਰਹੇ ਹਾਂ। ਹਾਂਜੀ, ਅੱਗੇ ਵੀ ਆਪਣੇ ਨਾਜ਼ਰੀ ਨੂੰ ਦੱਸਿਆ ਸੀ ਜੀ। ਇਹ ਦੇਖੋ ਦੂਸਰਾ ਜਿਹੜਾ ਨਾ ਆਪਣੇ ਬੜਾ ਅੱਛਾ। ਇੱਕ ਉਹ ਆਪਣੇ ਭਾਈ ਨਾ ਆਪਣੇ ਹੁਣ ਤੇ ਠੰਡਾ ਹੋ ਗਿਆ ਮੇਰਾ ਖਿਆਲ, ਨਹੀਂ ਤੇ ਉਹ ਤਾਜ਼ੇ ਤਾਜ਼ੇ ਜੇ ਇੱਕ ਗੰਨੇ ਨੂੰ ਇੰਜ ਕਰਕੇ ਉਹ ਬਲੇਡ ਕੇ ਅਸੀਂ ਛੋਟੇ ਹੁੰਦੇ ਆ ਕਦੇ ਲਾਉਂਦੇ ਆ, ਚੀਪ ਕੀ ਬੋਲਦੇ ਆ ਅਸੀਂ ਬੋਲਦੇ ਹਾਂ, ਹੁਣ ਵੀ ਲਾ ਦਿੰਦੇ ਹਾਂ ਲੱਤ ਦਾ ਤੇ। ਅੱਛਾ ਜੀ, ਹਾਂ ਸਹੀ ਹੈ, ਜ਼ਬਰਦਸਤ ਜੀ। ਇਹ ਦੇਖੋ ਆਪਣੇ ਸਾਡੇ ਨਾ ਭਾਈ ਮਾਸ਼ਾਅੱਲਾ ਕਿੜੀਆਂ ਪਿਆਰੀਆਂ ਪਰੀਆਂ ਗੁੜ ਦੀਆਂ ਪਿੰਨੀਆਂ ਬਣਾਉਂਦੇ ਨੇ। ਅੱਛਾ ਭਾਈ, ਇਹ ਜ਼ਿਆਦਾ ਗੁੜ ਖਾਣ ਨਾਲ ਪੇਚਸ ਵਗੈਰਾ ਤੇ ਨਹੀਂ ਲੱਗਦੀ? ਗੋਟੀਆਂ ਵਗੈਰਾ ਤੇ ਨਹੀਂ ਲੱਗਦੀਆਂ? ਅਕਸਰ ਕਈ ਗੁੜ ਵਗੈਰਾ 'ਚ ਨਾ ਸੋਡਾ ਬਹੁਤ ਤੇਜ਼ ਪਾਇਆ ਹੁੰਦਾ। 2 ਦਿਨ ਵੀ ਗੁੜ ਖਾਂਦਾ ਨਹੀਂ ਜੇ ਤੇ ਤੇਰਾ ਪੇਟ ਖਰਾਬ ਹੋ ਜੇ ਜਾਂ ਕੋਈ ਨੁਕਸਾਨ ਦੇਗਾ, ਗਲਾ ਫੜੇਗਾ ਤਾਂ। ਸਹੀ ਹੈ, ਜ਼ਬਰਦਸਤ ਯਾਰ, ਬਹੁਤ ਅੱਛੀ ਗੱਲ ਆ। ਅਸੀਂ ਆਪਣੇ ਨਾਜ਼ਰੀਨ ਤੁਹਾਡੀ ਨਾ ਆਪਣੇ ਭਾਅ ਬੋਲੇ ਨਾਲ ਜ਼ਰਾ ਗੱਲ ਕਰਵਾਉਂਦੇ ਹਾਂ, ਉਹਨਾਂ ਨੂੰ ਸੁਣਾਉਂਦਾ ਜ਼ਰਾ ਉੱਚਾ ਆ ਅਤੇ ਮੇਰੇ ਵੱਲ ਦੇਖਦੇ ਪਏ ਨੇ, ਇਹਨਾਂ ਦੇ ਨਾਲ ਵੀ ਥੋੜ੍ਹੀ ਜਿਹੀ ਗੱਪਸ਼ੱਪ ਲਾਉਂਦੇ ਹਾਂ ਜ਼ਰਾ। ਠੰਡ ਹੈ, ਨੋਟ ਵੇਖੀ ਦਾ ਠੰਡ ਹੈ। ਅੱਛਾ ਅੱਛਾ, ਨੋਟ ਵੇਖੀ ਦਾ ਕਹਿੰਦਾ ਨੀ, ਨੋਟ ਵੇਖੀ ਤਾਂ ਠੰਡ ਲੱਗਦੀ ਹੈ। ਸਹੀ ਗੱਲ ਕੀਤੀ ਹੈ, ਜ਼ਬਰਦਸਤ ਜੀ। ਮਿਹਨਤ ਅੱਗੇ ਕੋਈ ਗੱਲ ਨਹੀਂ ਹੈ ਜੀ, ਮਿਹਨਤ ਫਿਰ ਜਿਸ ਬੰਦੇ ਨੇ ਕਰਨੀ ਉਹਨੂੰ ਗਰਮੀ ਹੈ, ਠੰਡ ਨਾਲ ਕੀ ਹੈ। ਬਹੁਤ ਅੱਛਾ ਕੰਮ ਹੈ, ਔਰ ਬੜਾ ਮੁਸ਼ਕਲ ਕੰਮ ਹੈ ਅੱਗ ਲਾਉਣਾ, ਕਿਉਂਕਿ ਅੱਗ ਦੇ ਅੱਗੇ ਬੈਠਣਾ ਅਸਣਾ ਅੱਧਾ ਘੰਟਾ ਧੂੜ ਨੂੰ ਜਿਹੜੇ ਨਾ ਅੱਗ ਦੇਣੀ ਹੈ, ਬੜਾ ਇਹਨਾਂ ਦਾ ਕੰਮ ਹੈ, ਬੜਾ ਮਿਹਨਤ। ਅਤੇ ਤੁਸੀਂ ਟਰੈਕਟਰ ਚਲਾਉਂਦੇ ਰਹੇ ਹੋ? ਟਰੈਕਟਰ ਛੱਡ ਦਿੱਤਾ? ਨਹੀਂ ਨਹੀਂ। ਅੱਛਾ, ਟਰੈਕਟਰ ਚਲਾ ਰਹੇ ਹੋ? ਸਭ ਕੁਝ ਕਰ ਰਹੇ ਹਾਂ। ਅਤੇ ਹੁਣ ਕਦੇ ਆਏ ਨਹੀਂ ਮੇਰੇ ਕੋਲ ਤੁਸੀਂ? ਦੇਖੋ ਦੋਸਤੋ, ਦੇਖੋ ਕਿਸ ਤਰ੍ਹਾਂ ਧੂੜ ਜਿਹੜਾ ਨਾ ਪੱਕਦਾ ਪਿਆ। ਹੁਣ ਆਪਣੇ ਨਾਲ ਲੱਗੇ ਦੇ ਨੇ ਭਾਈ ਗੁੜ ਬਣਾਉਣ। ਅੱਛਾ ਜੀ ਦੋਸਤੋ, ਦੂਸਰਾ ਧੂੜ ਵੀ ਸਾਡੇ ਹੁੰਦੇ ਆ ਜਿਹੜਾ ਨਾ ਉੱਤਰ ਗਿਆ ਜੇ ਭਾਅ ਬੋਲਾ, ਦੇਖਦੇ ਪਏ ਤੁਸੀਂ ਉਹ ਕੜਾਹ 'ਚ ਦੇਖ ਲਓ ਆਪਣੇ ਉਹਦੇ ਨਾਲ। ਆਹ ਦੇਖੋ ਜੀ, ਪੀਪੇ ਨਾਲ ਕੱਢਦੇ ਪਏ ਨੇ ਬਾਹਰ। ਹੁਣ ਇੱਥੇ ਹੁੰਦਾ ਨਾ ਗੰਨਾ ਅਤੇ ਲੱਗਣੀ ਸੀ ਚੀਪ, ਲੇਕਿਨ ਮੈਂ ਉਹ ਚੀਪ ਵਗੈਰਾ ਨਹੀਂ ਬਣਾਉਂਦਾ ਕਿਉਂਕਿ ਨਾ ਮੇਰੇ ਕੋਲ ਖਾਧੀ ਜਾਂਦੀ ਹੈ ਅਤੇ ਨਾਲੇ ਪਿੰਡ ਬੜੀ ਦੂਰ ਆ, ਸ਼ਾਮ ਨੂੰ ਘਰ ਜਾਣਾ, ਬੱਚਿਆਂ ਵਾਸਤੇ ਕਿੱਥੇ ਲੈ ਕੇ ਜਾ ਸਕਦਾ ਬੰਦਾ। ਲੇਕਿਨ ਇੱਥੇ ਅਗਰ ਗੰਨੇ ਨਾਲ ਇਹਨੂੰ ਗੁੜ ਨੂੰ ਵਲੇਟਿਆ ਜਾਂਦਾ ਨਾ ਅਤੇ ਉਹ ਦੰਦਾਂ ਨਾਲ ਜੁੜਨ ਵਾਲੀ ਚੀਪ ਬਣਨੀ ਸੀ ਬੜੀ ਜ਼ਬਰਦਸਤ। ਇਹ ਦੇਖਦੇ ਪਏ ਤੁਸੀਂ, ਆਹ ਦੇਖੋ ਜੀ, ਆਹ ਦੇਖੋ ਭਾਅ, ਉਹ ਭਾਈ ਕਮਰ ਲੱਗਾ ਦਾ ਜੇ ਭਾਅ ਬੋਲਾ ਜਿਹੜਾ ਨਾ ਆਪਣੇ ਇਹ ਕੜਾਹ 'ਚੋਂ ਕੱਢਣ ਡਿਆ। ਆਹ ਦੇਖੋ, ਅਗਰ ਇਹਦੇ 'ਚ ਹੁਣ ਬੰਦਾ ਉਂਗਲ ਦੇ ਦੇਣਾ ਤਾਂ ਪੱਕ ਜੇ ਨਾਲ ਹੀ, ਇੰਨਾ ਗਰਮ ਆ। ਆਹ ਦੇਖਦੇ ਪਏ ਮਾਸ਼ਾਅੱਲਾ, ਬਹੁਤ ਹੀ ਜ਼ਬਰਦਸਤ ਆ। ਉਹ ਦੇਖੋ ਜੀ, ਉਹ ਦੇਖੋ ਜੀ, ਉਹ ਦੇਖੋ ਜੀ, ਇਹ ਥੋੜ੍ਹਾ ਜਿਹਾ ਲੱਗਾ ਥੱਲੇ, ਉਹਦੀ ਵਾਸ਼ਨਾ ਆਉਣ ਡਿਆ ਪਈ ਹੈ। ਆਹੋ ਦੇਖੋ ਜੀ, ਉਹ ਸਾਡੇ ਆਇਆ ਜਿਹੜਾ ਨਾ, ਦੇਖ ਲਓ ਕਿੱਡੀ ਵੱਡੀ ਉਹ ਟੋਕਰੀ ਜਿਹੜੀ ਨਾ ਗੁੜ ਦੀ ਉਹਨਾਂ ਬਣਾ ਲਈ ਆ। ਇਹ ਦੇਖੋ, ਇਹ ਬਜ਼ੁਰਗ ਸਾਡੇ ਜਿਹੜੇ ਨੇ ਗੁੜ ਵੱਟਦੇ ਪਏ ਜੀ। ਦੋਸਤੋ ਤੁਸੀਂ ਅੱਜ ਮਾਸ਼ਾਅੱਲਾ ਦੇਖਿਆ ਗੁੜ ਨਿਕਲਦਾ, ਰੋਹ ਵੀ ਤੁਹਾਨੂੰ ਦੱਸੀ ਆ ਅਤੇ ਆਪਣੇ ਗੁੜ ਨਿਕਲਦਾ ਪਿਆ ਧੂੜ 'ਚੋਂ ਕੱਢਿਆ ਉਹਨਾਂ ਨੇ ਬਾਈ, ਉਹ ਪਿੰਨੀਆਂ ਜਿਹੜੇ ਨੇ ਬਣਾਉਂਦੇ ਪਏ ਨੇ। ਅਗਰ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਅੱਛੀ ਲੱਗੀ ਹੋਈ ਤਾਂ ਲਾਜ਼ਮੀ ਦੱਸਿਓ ਸਾਡੀ ਵੀਡੀਓ ਕੈਸੀ ਲੱਗੀ ਹੈ ਤੁਹਾਨੂੰ, ਔਰ ਹਮੇਸ਼ਾ ਦੀ ਤਰ੍ਹਾਂ ਦੁਆ ਗਵਾਂ ਕਿ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਜਿੱਥੇ ਜਿੱਥੇ ਵੀ ਅੱਲਾਹ ਤਾਲਾ ਤੁਹਾਨੂੰ ਨੇਕ ਮਕਸਦ 'ਚ ਕਾਮਯਾਬ ਕਰੇ। ਇਹ ਵੇਲਣਾ ਜੇ ਦੇਖ ਲਓ, ਤੁਹਾਨੂੰ ਇੱਕ ਦਫ਼ਾ ਫਿਰ ਦੱਸ ਦਿੰਦੇ ਹਾਂ, ਇਹ ਕਮਾਦ ਆ ਸਾਰਾ ਹੀ, ਗੰਨਿਆਂ ਦਾ ਖੇਤ ਆ,
काफ़ी एकड़ जिहड़े ना कह लो किले जिहड़े ने अपने कमाद दे लगे ने ते कमर भाई होना दा इत्थे इन्हां ने आपे जिहड़ा ना लगा ते कमर भाई मेरे लागे नूरकुट हुंदे ने अज मैनूं लै के आए सी कहिंदे आ तैनूं थोड़ा जिहा विजिट करवाइए तेरे नाजरी नूं थोड़ा जिहा विजिट करवाइए नाले इत्थों भाव बोला जिहड़ा ना रोह कढ कढ के ना ड्रम चों खड़दा पिया जिहड़ी उत्थे जा के पुणी जाणी आ फिर दो तीन जगह ते जा के दो जगह ते जा के साफ हो जांदी आ रोह जिहड़ी है ना। अज दी वीडियो दस्सिओ कैसी लगी आ अपनियां दुआवां याद रखियो अपने तनवीर खान कावश नूं दिओ इजाजत अल्लाह हाफिज़।